आप सारिया संगतां दा कांसी टीवी ते स्वागत करदे आं। गुरु प्यारी साध संगत जी, लंबे समय तो साडे समाज दे लई बहुत वधिया तरीके दे नाल आपो अपने सिस्टम दे नाल जिहड़ी उह सेवा निभा रहे हन। नरेंद्र खेरा जी, जय गुरदेव जी, धन्नवाद जी। और उन्हां दे नाल साडे वीर जी हन सेम सनी जी, जय गुरदेव जी। जय गुरदेव जी। गुरु प्यारी साध संगत जी, जिस तरह की आप सारिया आने वाले समय दे विच जिहड़ियां उन्हां दीआं कुर्सियां आ ਉਹ ਵੀ ਸੁਰੱਖਿਅਤ ਨਹੀਂ ਗਿਆ। ਆਓ ਆਪਾਂ ਨਰਿੰਦਰ ਖੇੜਾ ਜੀ ਵੱਲ ਜਾਂਦੇ ਹਾਂ, ਜੋ ਇੱਕ ਬਹੁਤ ਹੀ ਵੱਡੇ ਪੱਧਰ ਤੇ ਬੜੇ ਲੰਮੇ ਸਮੇਂ ਤੋਂ ਸਾਡੇ ਸਮਾਜ ਦੀ ਸੇਵਾ ਕਰਦੇ ਹਨ। ਉਹ ਪ੍ਰਮੋਟਰ ਵੀ ਹਨ, ਲੇਖਕ ਵੀ ਹਨ, ਔਰ ਸਮਾਜ ਦੇ ਵਿੱਚ ਹੋਰ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਸੇਵਾ ਕਰਦੇ ਹਨ। ਨਰਿੰਦਰ ਖੇੜਾ ਜੀ, ਤੁਹਾਡਾ ਤਾਂ ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜਾ ਤੁਸੀਂ ਕੈਨੇਡਾ ਦੀ ਧਰਤੀ ਤੋਂ ਅੱਜ ਪਹਿਲੀ ਵਾਰੀ ਕਾਂਸੀ ਟੀਵੀ ਤੇ ਤੁਸੀਂ ਆਏ ਹੋ। ਕਿਸ ਤਰ੍ਹਾਂ ਦਾ ਤੁਸੀਂ ਫਕਰ ਮਹਿਸੂਸ ਕਰਦੇ ਹੋ ਅੱਜ ਕਾਂਸੀ ਟੀਵੀ ਤੇ, ਜਿਹੜਾ ਤੁਹਾਨੂੰ ਆਉਣ ਦਾ ਮੌਕਾ ਮਿਲਿਆ? ਜੈ ਗੁਰਦੇਵ, ਜੈ ਭੀਮ। ਹਲੇ ਮੈਂ ਥੋੜਾ ਲੇਟ ਆਉਣਾ ਸੀ, ਇੱਕ ਸਾਲ ਬਾਅਦ ਆਉਣਾ ਸੀ ਕਾਂਸੀ ਮੀਡੀਆ ਤੇ। ਹਲੇ ਤਾਂ ਫਿਲਹਾਲ ਅਸੀਂ ਬੈਕ ਸਾਈਡ ਤੇ ਬਹਿ ਕੇ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਕਾਂਸੀ ਮੀਡੀਆ ਸਪੋਰਟ ਕਰਨੀ ਆ, ਤੇ ਹੁਣ ਮੁੱਦਾ ਅੱਜ ਦੇਖਿਆ ਠੀਕ। ਆਪਾਂ ਨੂੰ ਦਿਲੋਂ ਦਰਦ ਹੋਇਆ ਕਿ ਸਾਡੀ ਕੌਮ ਦੀ ਨਲਾਇਕੀ ਆ। ਸਾਨੂੰ ਪਤਾ ਸਾਡੀ ਕੌਮ ਸ਼ੇਰ ਵਾ, ਕੰਮ ਵੀ ਸ਼ੇਰਾਂ ਵਾਲੇ ਕਰਨੇ ਚਾਹੀਦੇ ਆ। ਸਭ ਤੋਂ ਪਹਿਲਾਂ ਸਾਨੂੰ ਦੋ ਪਾਵਰਾਂ ਆ, ਇੱਕ ਰਾਜਨੀਤਿਕ ਪਾਵਰ, ਇੱਕ ਸੰਤ ਸਮਾਜ। ਸੰਤ ਸਮਾਜ ਨੂੰ ਚਾਹੀਦਾ ਕਿ ਪਹਿਲਾਂ ਖੁੱਲ ਕੇ ਸਾਹਮਣੇ ਆਉਣ, ਫਿਰ ਰਾਜਨੀਤਿਕ ਬੰਦੇ ਨੂੰ ਮੈਂ ਬੁਲਾ ਰਿਹਾ। ਅੱਜ ਹੀ ਬਾਹਰ ਨਿਕਲ ਕੇ ਜਲਦੀ ਗੱਲਾਂ ਕਰੂੰਗਾ, ਕਿਉਂਕਿ ਬਹਿ ਕੇ ਜਾਂ ਹੱਥ ਤੇ ਹੱਥ ਰਹੇ ਕੁਛ ਨੀ ਹੋਣਾ, ਕੁਛ ਕਰਨਾ ਪੈਣਾ ਆ। ਕੁਛ ਕਰਨ ਲਈ ਸਾਨੂੰ ਆਪਣੀ ਪਾਵਰ ਇਸਤੇਮਾਲ ਕਰਨੀ ਪੈਣੀ ਆ। ਫਿਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਪਾਵਰ ਹੈਗੀ ਆ। 22 ਕਰੋੜ ਸਾਡੀ ਟੋਟਲ ਬੱਸੋਂ ਹੈਗੀ ਆ ਪੂਰੇ ਵਰਲਡ ਦੇ ਵਿੱਚ, ਸਭ ਤੋਂ ਵੱਡੀ ਪਾਵਰ ਕਿਸੇ ਕੋਲ ਨੀ, ਕਿਉਂਕਿ 35-35 ਲੱਖ ਦੀ ਪਾਵਰ ਵਾਲੇ ਬੰਦੇ ਦੁਨੀਆ ਦੇ ਰਾਜ ਕਰ ਰਹੇ ਆ। ਅਸੀਂ 22 ਕਰੋੜ ਕੀ ਨੀ ਕਰ ਸਕਦੇ? ਬਹੁਤ ਬਹੁਤ ਧੰਨਵਾਦ। ਆਓ ਆਪਾਂ ਸੇਮ ਸਨੀਪ ਜੀ ਵੱਲ ਜਾਂਦੇ ਹਾਂ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ? ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਮੈਂ ਖੇੜਾ ਭਾਈ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਇੱਕ ਹੀ ਗੱਲ ਕਹਾਂ, ਜਦੋਂ ਬਾਬਾ ਸਾਹਿਬ ਨੇ ਕਿਹਾ ਸੀ ਹੱਕ ਮੰਗਿਆ ਨੀ ਮਿਲਦਾ, ਹੱਕ ਲੜਨਾ ਪੈਂਦਾ ਆ। ਬਾਕੀ ਉਹਨਾਂ ਨੂੰ ਮੌਕਾ ਦਿੱਤਾ ਆ, ਇਹ ਸਾਰਾ ਕੁਝ ਹੁੰਦਾ ਆ, ਇਹਦੇ ਲਈ ਲੜਨਾ ਪੈਣਾ ਆ। ਉਹਨਾਂ ਨੂੰ ਕੈਨੇਡਾ ਵਿੱਚ ਵੀ ਸੱਦਿਆ। ਅੱਜ ਕਿੰਨੇ ਕੁ ਗੀਤ ਤੁਹਾਡੇ, ਜਿਹੜੇ ਕਲਾਕਾਰ, ਜਿਹੜੇ ਕ੍ਰਾਂਤੀਕਾਰੀ, ਇਹ ਰਵਿਦਾਸੀਆ ਸਮਾਜ ਦੇ ਪ੍ਰਤੀ ਜਿਹੜੀ ਸੇਵਾ ਨਿਭਾ ਚੁੱਕੇ, ਕਿੰਨੇ ਕੁ ਕਲਾਕਾਰਾਂ ਨੇ ਤੁਹਾਡੇ ਜਿਹੜੇ ਗੀਤ ਗਾਏ ਹਜੇ ਤੱਕ? ਕਲਾਕਾਰ ਤਾਂ ਮੋਸਟਲੀ ਹੁਣ ਜਿੰਨੇ ਕੁ ਆਪਣੇ ਮਿਸ਼ਨ ਲਈ ਗਾ ਰਹੇ ਆ ਜੀ, ਸਾਰਿਆਂ ਨੇ ਗਾਏ ਆ। ਪਰ ਪਹਿਲਾਂ ਮੈਂ ਕਲਾਕਾਰ ਨੂੰ ਆਫਰ ਦੇ ਰਿਹਾ ਕਿ ਕੋਈ ਵੀ ਕਲਾਕਾਰ ਰਵਿਦਾਸ ਮਹਾਰਾਜ ਨੂੰ, ਬਾਬਾ ਸਾਹਿਬ ਨੂੰ ਤੇ ਸਾਡੀ ਕੌਮ ਚੁਮਾਰਾ ਨੂੰ ਗਾਉਣ ਲਈ ਤਿਆਰ ਆ, ਤਾਂ ਮੇਰੇ ਸ਼ਰਤਾਂ ਤੇ ਮੇਰੇ ਅਸੂਲਾਂ ਤੇ ਐਨੀ ਟਾਈਮ ਮੈਨੂੰ ਫੋਨ ਕਰ ਸਕਦਾ, ਉਹਨੂੰ ਮਿਲ ਸਕਦਾ ਆ। ਉਹ ਕਿਸੇ ਵੀ ਯਾਦ ਦਾ ਸਿੰਗਰ ਹੋਵੇ, ਮੇਰੀ ਖੁੱਲੀ ਆਫਰ ਆ। ਬਾਕੀ ਹੁਣ ਤੱਕ ਸਭ ਤੋਂ ਪਹਿਲਾਂ ਤਾਜਪੁਰੀ, ਉਸ ਤੋਂ ਬਾਅਦ ਵਿਜੇ ਮੋਮੀ, ਰਜੇ ਠੱਕਰਵਾਲ, ਅਮਰਜੋਤ, ਰਾਜ ਦਦਾਲ, ਕਾਕਾ ਮਕੰਦਪੁਰੀ, ਬਲਵਿੰਦਰ ਬਿੱਟੂ, ਜੇ ਸੋਨੀ, ਬਿੱਟੂ ਬੰਗੜ, ਸਹਿਮ ਸਨੀ, ਰਾਜ ਮਹਿੰਦੀ, ਸਤਵੀਰ ਜੋਤ, ਗੁਲਾਮ ਅਲੀ, ਬਲਵੀਰ ਰਾਗਨੀ, ਦਲਜੀਤ ਸੋਨੀ, ਗੁਰਪ੍ਰੀਤ ਲਾਲੀ, ਗਗਨਦੀਪ, ਤੇ ਉਸ ਤੋਂ ਬਾਅਦ ਸਾਡੀ ਕੌਮ ਦਾ ਮਿਸ਼ਨੇ ਸਿੰਗਰ ਵਾ ਐਸ ਐਨ ਆਜ਼ਾਦ ਸਾਹਿਬ। ਜਿਹੜੀ ਲਾਸਟ ਆਪਾਂ ਸੀਡੀ ਰਿਲੀਜ਼ ਕੀਤੀ ਅਣਖੀ ਪੁਚਮਾ ਦੇ ਵੋਲਿਊਮ 2, ਉਹ ਚ ਆਪਾਂ ਇੱਕ ਸਿਰਫ ਉਹ ਸੀਡੀ ਟੋਟਲੀ ਕੌਮ ਲਈ ਤਿਆਰ ਕੀਤੀ ਆ, ਮੇਰੀ ਕੌਮ ਦੇ ਸ਼ੇਰ ਜਵਾਨ ਹੋ ਜਾਓ ਇਕੱਠੇ। ਉਸ ਤੋਂ ਬਾਅਦ ਆਪ ਕੀਤਾ ਪੈਰ ਜ਼ਮੀਨ ਤੇ ਅੰਬਰਾਂ ਨੂੰ ਛੂਹਣੇ ਆ, ਆਨ ਤੇ ਸ਼ਾਨ ਵਾਲੀ ਜ਼ਿੰਦਗੀ ਜਿਉਣੇ ਆ, ਅਸੀਂ ਕਲਮਾ ਬੜਾਈ ਹਥਿਆਰ, ਕਿਹੜਾ ਪੰਗਾ ਪਾਲੂਗਾ ਤੇ ਕਿਹੜਾ ਪੰਗਾ ਲੈ ਲੂੰਗਾ, ਸਾਨੂੰ ਆਖਦੇ ਨੇ ਕੱਟੜ ਚਮਾਰ, ਕਿਹੜਾ ਪੰਗਾ ਪਾਲੂਗਾ ਕਿਹੜਾ ਪੰਗਾ ਲੈ ਲੂੰਗਾ। ਬਹੁਤ ਬਹੁਤ ਧੰਨਵਾਦ ਜੀ। ਤਕਰੀਬਨ ਤਾਂ ਤੁਸੀਂ ਮੇਰਾ ਖਿਆਲ ਵੀ ਜਿੰਨੇ ਕੁ ਸਾਡੇ ਕਲਾਕਾਰ ਸਾਡੇ ਮਿਸ਼ਨ ਤੇ ਸ਼੍ਰੀ ਗੁਰੂ ਜੀ ਗਾ ਰਹੇ ਆ, ਸਾਰਿਆਂ ਦੀ ਲਿਸਟ ਜਿਹੜੀ ਤੁਸੀਂ ਬੋਲ ਦਿੱਤੀ ਆ, ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਤਾਜਪੁਰੀ ਤੋਂ, ਤੁਸੀਂ ਕੀ ਸੋਚ ਕੇ ਇਹ ਆਪਣੇ ਚਮਾਰਾਂ ਦੇ ਜਾਂ ਕ੍ਰਾਂਤੀਕਾਰੀ ਜਿਹੜੇ ਗੀਤ ਕਿਸ ਸੋਚ ਤੇ ਤੁਸੀਂ ਇਹ ਲੈ ਕੇ ਆਏ ਸੀ? ਇਹਦੇ ਪਿੱਛੇ ਕਾਫੀ ਸਟੋਰੀ ਆ। ਮੈਂ ਜੇ ਛੋਟਾ ਹੁੰਦਾ ਸੁਣਦਾ ਹੁੰਦਾ ਸੀ ਦਾਤੀ ਦੇ ਗੀਤ ਆ ਗਿਆ, ਰੰਬੇ ਦੇ ਗੀਤ, ਟਰਾਲੀ ਤੇ, ਝੋਨੇ ਤੇ, ਕਣਕ ਤੇ, ਮੋਟਰ ਤੇ, ਕੰਬਾਈਨ ਤੇ। ਇੱਕ ਵਾਰ ਲੰਮਾ ਚਾਹੁੰਦੀ ਇੱਕੋ ਬੰਦੇ ਨੇ ਠੇਕਾ ਲਿਆ ਹੋਇਆ, ਅਸੀਂ ਵੀ ਕਰ ਸਕਦੇ ਕੋਈ। ਆਪਾਂ 15-16 ਸਾਲ ਪਲੈਨਿੰਗ ਕੀਤੀ, ਸਾਰੇ ਪਲੈਨਿੰਗ ਤੋਂ ਬਾਅਦ ਤਿਆਰ ਕੀਤਾ। ਫਿਰ ਛੋਟਾ ਇੰਜੈਕਸ਼ਨ ਲਾਇਆ, ਬੀਬਿਆ ਕਿੰਨਾ ਸਹਿੰਦੇ ਆ, ਹੁਣ ਤੁਹਾਨੂੰ ਪਤਾ ਇੰਜੈਕਸ਼ਨ ਕਿਹੜੇ ਚੱਲਦੇ ਆ, ਉਹ ਤਾਂ ਤਲਵਾਰ ਵੀ ਹੱਥ ਚ, ਤਲਵਾਰ ਵੀ ਹੱਥ ਚ, ਗੰਨ ਵੀ ਹੱਥ ਚ। ਸਾਨੂੰ ਆਖਦੇ ਸ਼ੇਰ ਚਮਾਰ,
ਸ਼ੇਰ ਚਮਾਰਾ ਗਿੱਦੜਾਂ ਦੀਆਂ ਡਾਰਾਂ ਤੋਂ ਠੀਕ ਹੈ ਤੌਰ ਚਮਾਰਾ ਦੀ ਬੱਲੇ ਬੱਲੇ ਗੰਨ ਅਮਰੀਕਾ ਦੀ ਇਸ ਤਰ੍ਹਾਂ ਦੇ ਆਪਣੇ ਟਾਈਟਲ ਆ ਰਹੇ ਆ ਬਹੁਤ ਪੌਦੇ ਰਹਿਣਗੇ ਠੀਕ ਜੇ ਕੋਈ ਪੈਸੇ ਗੋਲੀ ਮਾਰ ਜਵੇ ਕਹਿ ਨਹੀਂ ਸਕਦਾ ਹਾਂ ਠੀਕ ਹੈ ਇਹਨਾਂ ਮਾਨੀ ਫਰੰਟ ਤੇ ਵਾਲੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਸਾਰੀ ਆਪਾਂ ਜੇ ਕ੍ਰਾਂਤੀ ਦੇਖੀਏ ਤਾਂ ਸਾਡੇ ਰਾਈਟਰਾਂ ਨੇ ਬੜੇ ਹੀ ਆਪੋ ਆਪਣੇ ਤਰੀਕੇ ਦੇ ਨਾਲ ਕ੍ਰਾਂਤੀ ਲਿਆਂਦੀ ਆ ਔਰ ਕ੍ਰਾਂਤੀ ਦਾ ਤਾਂ ਤਦੇ ਫਾਇਦਾ ਆ ਦੇਖੋ ਇਹ ਸਾਡੇ ਵੀਰ ਕਿੰਨੀ ਸੰਘਰਸ਼ ਕਰਦੇ ਆ ਕਲਾਕਾਰਾਂ ਤੇ ਪੈਸਾ ਵੀ ਲਾਉਂਦੇ ਆ ਔਰ ਅਸੀਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਸੁਣਦੇ ਵੀ ਆ ਔਰ ਜਿਹੜੇ ਸਾਡੇ ਵੀਰ ਰਾਈਟਰ ਹਨ ਉਹਨਾਂ ਦੀਆਂ ਉਹ ਦਿਨ ਰਾਤ ਇੱਕ ਕਰਕੇ ਜਿਹੜੀਆਂ ਆਪਣੀਆਂ ਰਚਨਾਵਾਂ ਲਿਖਦੇ ਹਨ ਪਰ ਜੇ ਉਹ ਅਸੀਂ ਸੁਣ ਕੇ ਵੀ ਬਿਲਕੁਲ ਸੁੱਤੇ ਆ ਆ ਫਿਰ ਸਾਡੇ ਨਾਲ ਧੱਕਾ ਹੋ ਰਿਹਾ ਤਾਂ ਮੇਰਾ ਕੱਲ ਵੀ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਵੀ ਵਿਅਰਥ ਜਾ ਰਹੀ ਆ ਰਹਿ ਗਿਆ ਤੁਸੀਂ ਕੋਈ ਆਪਣਾ ਦੋ ਅਲਫਾਜ਼ਾਂ ਦੇ ਵਿੱਚ ਜੋ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਤਾਂ ਸੰਗਤਾਂ ਨੂੰ ਸੰਦੇਸ਼ ਆਪਣਾ ਜਿਹੜਾ ਤੁਸੀਂ ਉਹ ਆਪਣੇ ਤਰੀਕੇ ਦੇ ਨਾਲ ਤੁਸੀਂ ਦਿਓ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਇਸ ਵਿਸ਼ੇ ਬਾਰੇ ਜਾਂ ਆਉਣ ਵਾਲੇ ਸਮੇਂ ਬਾਰੇ ਇਸ ਵਿਸ਼ੇ ਬਾਰੇ ਮੈਂ ਸਸੀ ਦੀ ਗੱਲ ਨਾਲ ਸਹਿਮਤ ਹਾਂ ਜੀ ਮਤਲਬ ਦੋਨਾਂ ਨਾਲ ਬੋਲ ਕੇ ਦੱਸੂਗਾ ਜੀ ਕਿ ਉਹਨਾਂ ਵੈਰੀਆਂ ਵਾਸਤੇ ਦੁਸ਼ਮਣਾਂ ਵਾਸਤੇ ਆ ਕਿ ਦੁੱਧ ਮੰਗੋਗੇ ਖੀਰ ਦੇਵਾਂਗੇ ਜੀ ਦੁੱਧ ਮੰਗੋਗੇ ਖੀਰ ਦੇਵਾਂਗੇ ਜੇ ਉੱਚਾ ਬੋਲੋਗੇ ਚੀਰ ਦੇਵਾਂਗੇ ਜੀ ਜਿਹੜਾ ਮੋਰੇ ਅੜਿਆ ਰਾਹ ਕੌੜਾ ਨੇ ਪਾ ਦੇਾਂਗੇ ਉਹ ਪਿਆਰ ਨਾਲ ਸਮਝ ਜਾ ਉਸਨੇ ਸਮਝਾ ਦੇਾਂਗੇ ਬਹੁਤ ਬਹੁਤ ਧੰਨਵਾਦ ਜੈ ਜੀ ਬਹੁਤ ਬਹੁਤ ਧੰਨਵਾਦ ਅਮਰ ਆਜ਼ਾਦ ਰਾਜ ਲੱਕੀ ਅੱਤੇ ਖੜੇ ਨੇ